सेवादार ने साढ़ा हल्का श्री अनपुर पर गुरुवार पिराना जिते सानू सुभाग्य प्राप्त है जिते छेवे पातशाह चरण छो प्राप्त है बाबा नामदेव जी का पवित्र स्थान है बाबा जयवंत सिंह जी का बाबा बिरला जी का बहुत महापुरुष इतने आ गए जिन्होंने बंदगी करके इस हल्के उतारिया जिन्होंने चरण छो प्राप्त धरती है। मैं दसना चाहवागा इस खजाला वासियों को के खजाले वास्ते भी बहुत कुछ आएगा पर उस तो पहला मैं जो वादा किया सी कुमार के अंदर वो तुहाडा सेवादारो करके आया है। मैं तुहानू दसना चाहूंगा एक करोड़ रुपया जिहड़ा वो सारा सीएम साहब ने कल सानू दे दिता है जिहड़ा कि असी वो पास करके गए सी वो सीवरेज का हुण थोड़े दिनों के विच टेंडर विदिशा जी लग रहा है कुमारा का उहदे नाल नाल ਤੁਹਾਡਾ ਜਿਹੜਾ ਸੀਵਰੇਜ ਦਾ ਤੇ ਟੈਂਕੀ ਦਾ ਜਿਹੜਾ ਕੰਮ ਸ਼ੁਰੂ ਹੋ ਜਾਣਾ 2 ਕਰੋੜ 31 ਲੱਖ ਰੁਪਏ ਨਾਲ ਹੀ ਉਹਨਾਂ ਨੇ ਸਖਰੀਆਂ ਨਾਲੀਆਂ ਵਾਸਤੇ ਘੁਮਾੜਾ ਉਹ ਦੇ ਦਿੱਤਾ ਜਿਹੜਾ ਕਿ ਸਾਡੇ ਇੱਕ ਇਤਿਹਾਸਕ ਨਗਰੀ ਦਾ ਬਹੁਤ ਵੱਡਾ ਫੋਟ ਜਿਹੜਾ ਦੌਰ ਲੰਬਦੀ ਆ ਰਹੀ ਸੀ ਬੰਦ ਨੂੰ ਪੂਰਾ ਕੀਤਾ ਆ ਸਰ। ਮੇਰੇ ਵੀਰੋ ਇਸੇ ਤਰ੍ਹਾਂ ਸ਼੍ਰੀ ਹਰਿਮੰਦਰ ਦੇ ਵਿੱਚ ਬੱਸ ਸਟੈਂਡ ਦੀ ਅੱਜ ਤੱਕ ਸਾਡੇ ਸ਼ਹਿਰ ਦੇ ਵਿੱਚ ਉਹ ਵੀ 4 ਕਰੋੜ 65 ਲੱਖ ਜਲਦੀ ਉਹ ਸਾਨੂੰ ਮਿਲ ਰਿਹਾ ਉਹਦੇ ਵਿੱਚ ਬੱਸ ਸਟੈਂਡ ਔਰ ਉਦੋਂ ਦੀਆਂ ਬੁਨਿਆਦੀ ਜੋ ਸਹੂਲਤਾਂ ਨੇ ਉਹ ਵੀ ਬਹੁਤ ਜਲਦੀ ਜਿਹੜੀਆਂ ਸ਼੍ਰੀ ਹਰਿਮੰਦਰ ਦੀਆਂ ਪੂਰੀਆਂ ਕੀਤੀਆਂ ਜਾਣਗੀਆਂ। ਉਹਦੇ ਨਾਲ ਨਾਲ ਬਹੁਤ ਸਾਰਾ ਫੰਡ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨਾਲ ਹੁਣੇ ਅੱਜ ਮੀਟਿੰਗ ਹੋਈ ਹੈ। ਅੱਜ ਜਦੋਂ ਅਸੀਂ ਚੱਲੇ ਹਾਂ ਜਲੰਧਰ ਉਹਨਾਂ ਨੇ ਇਸੇ ਕਰਕੇ ਪਾਇਆ ਸਰਦਾਰ ਫਤਿਹ ਸਿੰਘ ਬਾਜਵਾ ਜੀ ਉੱਤੇ ਮੈਨੂੰ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਆਪਣੇ ਹਲਕੇ ਵਾਸਤੇ ਜਿਹੜੇ ਤੁਹਾਡੇ ਵੱਡੇ ਪਿੰਡ ਨੇ ਉਹਨਾਂ ਵਾਸਤੇ ਤੁਸੀਂ ਮੈਨੂੰ ਪ੍ਰਪੋਜ਼ਲ ਦਿਓ ਤਾਂ ਕਿ ਮੈਂ ਉਹਨਾਂ ਦੇ ਪਿੰਡਾਂ ਦਾ ਜੋ ਅਸੀਂ ਵਾਅਦਾ ਕੀਤਾ ਸੀ ਇਲੈਕਸ਼ਨਾਂ 'ਚੋਂ ਆਪਾਂ ਪੂਰਾ ਕਰ ਸਕੀਏ ਔਰ ਮੈਂ ਉਸ ਲਿਸਟ 'ਚ ਖਜਾਲਾ ਜਿਹੜਾ ਸਭ ਤੋਂ ਪਹਿਲੇ ਨੰਬਰ 'ਤੇ ਹੋਊਗਾ ਸਰਪੰਚ ਸਾਹਿਬ। ਮੈਂ ਤੁਸੀਂ ਮੈਨੂੰ ਪ੍ਰਪੋਜ਼ਲ ਦੇ ਦਿਓ ਕਿ ਕੀ ਬਣਨਾ ਚਾਹੀਦਾ 5 ਲੱਖ ਰੁਪਈਆ ਜਿਹੜਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਤੁਹਾਡੇ ਖਜਾਲਾ ਪਿੰਡ ਦੇ ਵਿੱਚ ਜਿੱਥੇ ਤੁਸੀਂ ਵਿਕਾਸ ਦੀ ਕੋਈ ਗਲੀ ਨਾਲੀ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਜੇ ਆਪਣੇ ਸਾਰੇ ਪਿੰਡ ਦੇ ਜਿਹੜੇ ਨਗਰ ਦੇ ਸਾਥੀ ਨੇ ਉਹਨਾਂ ਨਾਲ ਸਲਾਹ ਕਰਕੇ ਮੈਨੂੰ ਦੇ ਦਿਓ ਜਿਹੜਾ ਕਿ ਹਫ਼ਤੇ ਦੇ ਵਿੱਚ ਵਿੱਚ ਜਿਹੜਾ 5 ਲੱਖ ਰੁਪਈਆ ਇਸ ਪਿੰਡ ਨੂੰ ਆ ਜਾਏਗਾ ਔਰ ਬਹੁਤ ਤੁਹਾਡਾ ਜਿਹੜੀ ਡਿਵੈਲਪਮੈਂਟ ਹੋ ਸਕੇਗੀ ਜਦੋਂ ਜਿਹੜੇ ਕੋਈ ਰਹਿ ਜਾਣਗੇ ਉਹ ਫਿਰ ਅਸੀਂ ਹੋਰ ਪੰਜਾਬ ਸਰਕਾਰ ਨੂੰ ਵੀ ਲੈ ਕੇ ਆ ਰਹੇ ਹਾਂ। ਬੇਨਤੀ ਹੈ ਕਿ ਨਹੀਂ ਇਹਦੇ ਵਿੱਚ ਅਸੀਂ ਸਰਦਾਰ ਰਵਿੰਦਰ ਸਿੰਘ ਜੀ ਵੱਡੇ ਪਿੰਡ ਲੈ ਰਹੇ ਹਾਂ ਮਾਜਾ ਸਾਹਿਬ ਦਾ ਗੱਲ ਹੋਈ ਹੈ ਕਿ ਪੰਚਾਇਤ ਨੇ ਇੱਕੋ ਘਾਟੋ ਜੋ ਤੁਸੀਂ ਕਹੋਗੇ ਦਿਆਂਗੇ ਲੇਕਿਨ ਵੱਡੇ ਪਿੰਡ ਨੂੰ ਅਸੀਂ 5 ਲੱਖ ਰੁਪਈਆ ਦੇ ਰਹੇ ਹਾਂ ਉਹ ਸਾਡਾ ਖਜਾਲਾ ਸਾਡੇ ਇਲਾਕੇ ਦਾ ਵੱਡਾ ਪਿੰਡ ਹੈ ਔਰ ਸਰਪੰਚ ਵੱਲ ਵੇਖ ਕੇ ਤੁਸੀਂ ਆਪਣਾ ਨਹੀਂ ਛੋਟਾ ਨਹੀਂ ਕੀਤਾ ਇੱਕ ਮਿੰਟ ਇਸੇ ਤਰ੍ਹਾਂ 5 ਲੱਖ ਦੇ ਦਿਆਂਗੇ ਉਹਦੇ ਨਾਲ ਜਿੰਨੀਆਂ ਪੈਨਸ਼ਨਾਂ ਨੇ ਸਰਪੰਚ ਸਾਹਿਬ ਜਿਹੜੇ ਤੁਹਾਡੇ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਜਿਹੜੇ ਆਪਾਂ ਸਮਾਰਟ ਕਾਰਡ ਜਿਹੜੇ ਬਣਾਉਣ ਜਾ ਰਹੇ ਹਾਂ ਬਣਵਾਓ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਜੇ ਪਹਿਲਾ ਸਾਲ ਸਰਕਾਰ ਦਾ 4 ਸਾਲ ਦੇ ਸਰਕਾਰ ਦੇ ਹੈਗੇ ਆ ਮਿਲਦੇ ਜੀ ਤੁਸੀਂ ਤੁਹਾਡਾ ਵੀ ਖਿਆਲ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਕਿ ਜਿਹੜੇ ਸਾਡੇ ਜ਼ਿਮੀਦਾਰ ਭਰਾ ਨੇ ਕਿਉਂਕਿ ਜਦੋਂ ਇਲੈਕਸ਼ਨ ਸੀ ਤੁਸੀਂ ਬਹੁਤ ਡੇਰਾ ਦੇ ਇਹਨਾਂ ਨੇ ਘੁਮਾਇਆ ਪਰ ਹਰ ਡੇਰੇ ਦੇ ਘੁਮਾਉਣ ਦਾ ਮਕਸਦ ਇੱਕੋ ਸੀ ਸਰਦਾਰ ਜੀ ਕਿ ਉਹ ਡੇਰੇ ਦੀ ਸੜਕ ਜ਼ਰੂਰ ਪੱਕੀ ਕੀਤੀ ਜਾਏ ਇਹੋ ਜਿਹਾ ਸਾਹਿਬ ਕਰਦੇ ਨੇ ਇਸੇ ਕਰਕੇ ਰਾਮ ਬੋਲਦੇ ਨੇ ਕਿ ਉਹਦੇ ਕਿਤੇ ਨਾ ਕਿਤੇ ਜਾ ਕੇ ਪਤਾ ਲੱਗੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਤੁਹਾਡੇ 5 ਸਾਲਾਂ 'ਚ ਕੋਈ ਵੀ ਖਜਾਲੇ ਦਾ ਡੇਰਾ ਜਿਹੜਾ ਕੱਚਾ ਨਹੀਂ ਰਿਹਾ ਦਿਆਂਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਸੇਵਾਦਾਰ ਹੋਣ ਦੇ ਨਾਤੇ ਜੋ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵਿਸ਼ਵਾਸ ਦਿਵਾਇਆ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਪਹਿਲਾਂ ਵੀ ਸਰਦਾਰ ਫਤਿਹ ਸਿੰਘ ਬਾਜਵਾ ਜੀ ਨੇ ਇੱਥੇ ਬਹੁਤ ਵਿਕਾਸ ਉਦੋਂ ਕਰਾਇਆ ਸੀ ਆ ਸਾਰੀਆਂ ਹੁਣ ਵੱਡੇ ਹੁਣ ਦੱਸ ਰਹੇ ਵੀ ਸੜਕਾਂ ਉਹਨਾਂ ਦੇ ਟਾਈਮ ਤੇ ਬਣੀਆਂ ਨੇ ਫਤਿਹ ਸਿੰਘ ਬਾਜਵਾ ਜੀ ਨੇ ਬਣਾਈਆਂ ਨੇ ਤੁਹਾਡਾ ਸੇਵਾਦਾਰ ਵੀ ਇਹੀ ਉਸ ਦੇ ਨਸ਼ਟੇ ਕਰਨ ਤੇ ਚੱਲ ਕੇ ਤੁਹਾਡੇ ਹੁਣ ਸੜਕਾਂ ਦੇ ਸਰਦਾਰ ਫਤਿਹ ਸਿੰਘ ਨੇ ਬਣਾ ਦਿੱਤੀਆਂ ਤੇ ਡੇਰੇ ਪੱਕੇ ਪੈ ਗਏ ਤੇ ਸੁਧਾ ਸੈਂਟਰ ਦੀ ਤੁਸੀਂ ਗੱਲ ਕੀਤੀ ਹੈ ਉਹ ਸਰਕਾਰ ਨੇ
ਅਜੇ ਇੱਕ ਪ੍ਰਪੋਜ਼ਲ ਬਣਾਈ ਹੈ ਢਿੱਲੋਂ ਸਾਹਿਬ ਦੇ ਜਿੱਥੇ ਖਾਲੀ ਦੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਠੀਕ ਹੈ ਤੇ ਕੰਮ ਚੱਲਦਾ ਜਿੱਥੇ ਵੱਡੇ ਪਿੰਡਾਂ 'ਚ ਉਹਨਾਂ ਨੂੰ ਚਾਲੂ ਰਹਿਣ ਦਿੱਤਾ ਗਿਆ ਕਿਉਂਕਿ ਜਿਹੜੇ ਫਜ਼ੂਲ ਖਰਚੇ ਨੇ ਸਰਕਾਰ ਦੀ ਅਜੇ ਤੰਗੀ ਕਰਕੇ ਤੁਹਾਨੂੰ ਪਤਾ ਕਿ ਉਹਨਾਂ ਨੇ ਜਿੱਥੇ ਉਹਨਾਂ ਦਾ ਸਰਦਾ ਨਹੀਂ ਉੱਥੇ ਵੀ ਉਹਨਾਂ ਨੇ ਕੰਮ ਸ਼ੁਰੂ ਕਰਤਾ ਜਿੱਥੇ ਨਹੀਂ ਸਰਦਾ ਉੱਥੇ ਉਹ ਸਰਦਾ ਉਹਦੇ ਉਹਨਾਂ ਨੇ ਥੋੜ੍ਹਾ ਜਿਹਾ ਸਾਬਤਾ ਬਣਾ ਕੇ ਉਹਨਾਂ ਨੂੰ ਘੱਟ ਵੀ ਕੀਤਾ ਜਿਹੜੀ ਸਾਡੀ ਕਾਂਗਰਸ ਦੀ ਪਾਲਸੀ ਹੈ ਅਸੀਂ ਇਹ ਨਹੀਂ ਕਿ ਕਮਰੇ ਬਣਾ ਲਓ ਬਿਲਡਿੰਗ ਬਣਾ ਲਓ ਅਤੇ ਕੋਈ ਡਾਕਟਰ ਹੀ ਨਹੀਂ ਕੋਈ ਟੀਚਰ ਹੀ ਨਹੀਂ ਅਤੇ ਬਿਲਡਿੰਗ ਨਹੀਂ ਕੀਤਾ ਸਾਡਾ ਮੁੱਖ ਨਿਸ਼ਾਨਾ ਹੈ ਕਿ ਪਹਿਲਾਂ ਜੇ ਕੋਈ ਚੀਜ਼ ਬਣਾਉਣੀ ਹੈ ਉਹਦੇ ਸਟਾਫ ਵੀ ਜ਼ਰੂਰੀ ਹੈ ਤਾਂ ਕਿ ਉੱਥੇ ਕੰਮ ਹੋ ਸਕੇ ਮੇਰੇ ਵੀਰੋ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਅਜੇ ਬਹੁਤ ਮਿਲਦੀਆਂ ਨੇ ਅੱਗੇ ਵਾਸਤੇ ਹੋਸਪਿਟਲ ਵੀ ਬ੍ਰਹਮਿੰਦਰਾ ਜੀ ਨਾਲ ਮੇਰੀ ਗੱਲ ਹੋਈ ਹੈ ਆ ਬਜਟ 'ਚ ਉਹਨਾਂ ਨੇ ਬਹੁਤ ਕੁਛ ਸਾਨੂੰ ਦਿੱਤਾ ਹੈ ਉਹਦੇ ਨਾਲ ਸਾਡਾ ਹੋਸਪਿਟਲ ਵੀ ਵੱਡਾ ਹੋਣਾ ਅਤੇ ਸਾਨੂੰ ਡਾਕਟਰ ਵੀ ਮਿਲੇ ਨੇ ਟੀਚਰ ਵੀ ਸਕੂਲਾਂ ਨੂੰ ਮਿਲੇ ਨੇ ਸੋ ਮੈਂ ਅੱਜ ਲਈ ਫਿਰ ਕਿਤੇ ਤੁਹਾਡੇ ਨਾਲ ਸਾਰੇ ਬਹਿਗੇ ਭਰਾ ਆਪਾਂ ਬੈਠ ਕੇ ਗੱਲ ਕਰਾਂਗੇ ਅੱਜ ਬਹੁਤ ਖੇਡ ਮੇਲੇ 'ਚ ਖੁਸ਼ੀ ਹੈ ਕਿ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿਹੜੇ ਸਾਡੇ ਨੌਜਵਾਨ ਮੇਰੇ ਵੱਲ ਤੱਕ ਰਹੇ ਰਾਜ ਸਰਕਾਰ ਦੇ ਹੈਪੀ ਹੋਣੀ 50,000 ਰੁਪਇਆ ਇਹਨਾਂ ਵਾਸਤੇ ਬਦਲਾ ਇਹਨਾਂ ਦੀ ਕਲੱਬ ਨੂੰ ਦਿੱਤਾ ਜਾਏਗਾ ਜਿਹੜਾ ਕਿ ਇਸ ਗਰਾਊਂਡ ਦੇ ਕਿਸੇ ਵੀ ਕੰਮ ਨੂੰ ਉਹ ਲਾ ਸਕਦੇ ਨੇ ਹਜ਼ਾਰ ਕੁ ਵਧਾ ਦੋ 51 ਕਰੋ ਸੋਹਣਾ ਲੱਗਦਾ ਆਪਣੇ ਦਾਸ ਤੇ ਵਿਸ਼ਵਾਸ ਕਰਕੇ ਆਪਣਾ ਸੇਵਾਦਾਰ ਚੁਣਿਆ ਮੇਰੇ ਜਿੰਨੇ ਵੀ ਸਾਥੀ ਇੱਥੇ ਆਏ ਨੇ ਕਿਉਂਕਿ ਮੈਨੂੰ ਵਾਰ ਵਾਰ ਕਿਹਾ ਘੱਟ ਬੋਲੋ ਪਰ ਬੋਲੋ ਤੋਂ ਅੱਗੇ ਰਿਹਾ ਵੀ ਨਹੀਂ ਜਾਂਦਾ ਅਜੇ ਸਾਥੀਆਂ ਦੇ ਨਾਂ ਲੈਣੇ ਮੈਂ ਇਸ ਕਰਕੇ ਵਾਜਬ ਨਹੀਂ ਸਮਝਿਆ ਕਿ ਸਾਰੇ ਹੀ ਆਪ ਜੇ ਲਾਡੀ ਨੇ ਤਾਂ ਸਾਰੇ ਲਾਡੀ ਨੇ ਜੇ ਬਾਜਵੇ ਨੇ ਤਾਂ ਸਾਰੇ ਬਾਜਵੇ ਨੇ ਸੋ ਸਾਰਿਆਂ ਨੂੰ ਮੈਂ ਬਹੁਤ ਬਹੁਤ ਸਾਰਿਆਂ ਦਾ ਸਤਿਕਾਰ ਵਜੋਂ ਵਧੇ ਬਣਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਜਿੰਨੇ ਵੀ ਹੋਰ ਆ ਸਾਡੇ ਖਿਡਾਰੀ ਨੇ ਬਹੁਤ ਜਲਦੀ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਸੋ ਸਾਰਿਆਂ ਦਾ ਫਿਰ ਮੈਂ ਆਪਣੇ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਵਧੇਰੇ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।